ਪ੍ਰੋਗਰਾਮ ਵਿਚਾਰਨ ਵਾਲੀ ਗੱਲ ਨਾਲ ਜੁੜੇ ਸਾਰੇ ਤਮਾਮ ਦੋਸਤਾਂ ਨੂੰ ਬਿੱਟੂ ਚੱਕ ਵਾਲੇ ਵੱਲੋਂ ਤੇ ਬਾਈ ਸੁਖਜਿੰਦਰ ਲੋਪੋ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪੰਜਾਬ ਦਾ ਇੱਕ ਅਹਿਮ ਮੁੱਦਾ ਵਿਚਾਰਨ ਜਾ ਰਹੇ ਹਾਂ ਇਹ ਸਾਡੇ ਕੱਲੇ ਜੇਕਰ ਵੇਖਿਆ ਜਾਵੇ ਪੰਜਾਬ ਦਾ ਹੀ ਨਹੀਂ ਪੂਰੇ ਦੁਨੀਆ ਭਰ ਪੂਰੇ ਦੇਸ਼ ਭਰ ਦੀ ਜਿਹੜੀ ਜਵਾਨੀ ਦਾ ਮੁੱਦਾ ਹੈ ਸਖਜਿੰਦਰ ਜੀ ਅਕਸਰ ਆਪਾਂ ਅਜਿਹੇ ਮੁੱਦਿਆਂ ਤੇ ਸਮੇਂ-ਸਮੇਂ ਤੇ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਉੱਪਰ ਜਾਂ ਸਮਾਜਿਕ ਮੰਚਾਂ ਦੇ ਉੱਪਰ ਇਹ ਗੱਲ ਉੱਠਦੀ ਵੇਖਦੇ ਹਾਂ ਕਿ ਨੌਜਵਾਨ ਜਿਹੜੇ ਉਹ ਗੈਂਗਸਟਰ ਬਣ ਰਹੇ ਨੇ ਜੀ ਦੋਸਤੋ ਸਾਡਾ ਜਿਹਦਾ ਮੁੱਦਾ ਜਿਹੜਾ ਉਹ ਇਹੀ ਮੁੱਦਾ ਹੈ ਜੀ ਅਸੀਂ ਅੱਜ ਇਸ ਵਿਸ਼ੇ ਨੂੰ ਵਿਚਾਰਾਂਗੇ ਕਿ ਪੰਜਾਬ ਦੀ ਜਵਾਨੀ ਅੱਜ ਦਾ ਮੁੱਦਾ ਪੰਜਾਬ ਦੀ ਜਵਾਨੀ ਨਾਲ ਹੀ ਸੰਬੰਧਤ ਹੋਵੇਗਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਕਿਉਂ ਕਰਾਹੀ ਪੈ ਰਹੇ ਨੇ ਜੀ ਕਰਾਹੇ ਪੈਣ ਤੋਂ ਭਾਵ ਸਾਡਾ ਇਹ ਹੈ ਕਿ ਬੇਸ਼ੱਕ ਉਹ ਨਸ਼ਿਆਂ ਦੀ ਦਲਦਲ ਹੈ ਭਾਵੇਂ ਉਹ ਨੌਜਵਾਨ ਗੈਂਗਸਟਰ ਬਣ ਰਹੇ ਨੇ ਕਿਉਂ ਨੌਜਵਾਨ ਆ ਜਿਹੜੇ ਉਸ ਪਾਸੇ ਜਾ ਰਹੇ ਨੇ ਕੀ ਉਹਨਾਂ ਨੂੰ ਤੋਰਿਆ ਜਾ ਰਿਹਾ ਜਾਂ ਕੁਝ ਹੋਰ ਮਜਬੂਰੀਆਂ ਨੇ ਜਿਨ੍ਹਾਂ ਦੇ ਕਰਕੇ ਜਿਹੜੀ ਪੰਜਾਬ ਦੀ ਜਵਾਨੀ ਹੈ ਉਹ ਦਿਨ-ਬਦਨ ਗੈਂਗਸਟਰ ਵਾਂਂ ਤੇ ਤੁਲੀ ਹੋਈ ਹੈ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਉਹ ਇਸ ਰਾਹ ਤੇ ਤੁਰੇ ਨੇ ਤੇ ਉਹਨਾਂ ਨੂੰ ਆਪਣੀ ਜਾਨਾਂ ਵੀ ਗਵਾਉਣੀਆਂ ਪਈਆਂ ਨੇ ਬਹੁਤ ਸਾਰੇ ਘਰ ਉਜੜੇ ਨੇ ਬਹੁਤ ਘਰਾਂ ਦੇ ਵਿੱਚ ਤਾਲੇ ਲੱਗੇ ਨੇ ਮਾਵਾਂ ਆਪਣੇ ਪੁੱਤਰਾਂ ਨੂੰ ਉਡੀਕਦੀਆਂ ਹੀ ਚੱਲੀਆਂ ਗਈਆਂ ਇਸ ਜਹਾਨ ਤੋਂ ਜਿਹੜੇ ਨੌਜਵਾਨ ਇਸ ਰਸਤੇ ਤੇ ਤੁਰੇ ਨੇ ਆਖਰੋ ਪੰਜਾਬ ਦੇ ਕਿਸੇ ਸਮੇਂ ਤਾਂ ਸਮਾਜਿਕ ਸਦਾਚਾਰ ਦੇ ਵਿੱਚ ਰਹਿਣ ਵਾਲੇ ਨੌਜਵਾਨ ਰਹੇ ਹੋਣਗੇ ਸੁਖਜਿੰਦਰ ਜੀ ਕੋਈ ਤਾਂ ਕਾਰਨ ਹੋਣਗੇ ਜਿਹੜੇ ਉਹ ਨੌਜਵਾਨਾਂ ਨੂੰ ਜੇਲਾਂ ਤੱਕ ਉਹ ਨੌਜਵਾਨਾਂ ਨੂੰ ਕ੍ਰਾਈਮ ਦੀ ਦੁਨੀਆ ਦੇ ਵਿੱਚ ਜੁਰਾਇਮ ਪੇਸ਼ਾ ਬਣਾਉਣ ਦੇ ਵਿੱਚ ਬਣੇ ਹੋਣਗੇ ਕਿਹੜੇ ਕਾਰਨ ਨੇ ਆਪਾਂ ਉਹਨਾਂ ਕਾਰਨਾਂ 'ਵੱਜ ਟੰਡੋਲਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੀ ਨਾਲ ਪ੍ਰਸ਼ਾਸਨ ਦੀ ਵੀ ਗੱਲ ਕਰਾਂਗੇ ਕਿ ਕੀ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਕੀ ਸਮਾਜ ਜ਼ਿੰਮੇਵਾਰ ਹੈ ਜਾਂ ਫਿਰ ਸਾਡੀ ਜਵਾਨੀ ਖੁਦ ਹੀ ਗਲਤ ਰਸਤੇ ਪਈ ਹੋਈ ਹੈ ਸਭ ਤੋਂ ਪਹਿਲਾਂ ਸੁਖਜਿੰਦਰ ਜੀ ਮੇਰਾ ਪਹਿਲਾ ਹੀ ਜਿਹੜਾ ਸਵਾਲ ਹੈ ਤੁਹਾਨੂੰ ਉਹ ਇਹ ਹੈ ਕਿ ਕੀ ਜਿਹੜੀ ਪੰਜਾਬ ਪੁਲਿਸ ਉਹ ਨੌਜਵਾਨਾਂ ਨੂੰ ਖੁਦ ਬਖੌਦ ਗੈਂਗਸਟਰ ਬਣਨ ਲਈ ਪ੍ਰੇਰਿਤ ਕਰਦੀ ਹੈ ਕਿਉਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਜਿਹੇ ਵੀਡੀਓ ਕਲਿੱਪ ਆਏ ਨੇ ਜੀ ਜਿਨ੍ਹਾਂ ਦੇ ਵਿੱਚ ਖੁਦ ਕੇ ਜਿਹੇ ਨੌਜਵਾਨ ਲਾਈਵ ਹੋ ਕੇ ਕਹਿੰਦੇ ਨੇ ਕਿ ਸਾਨੂੰ ਜਿਹੜਾ ਪੁਲਿਸ ਵੱਲੋਂ ਮਜਬੂਰ ਕੀਤਾ ਗਿਆ ਜਾਂ ਸਾਡੇ ਤੇ ਫਲਾਨਾ ਝੂਠਾ ਪਰਚਾ ਪਾਇਆ ਗਿਆ ਜਾਂ ਸਾਡੀ ਆਹ ਮਜਬੂਰੀ ਸੀ ਜਿਹਦੇ ਕਰਕੇ ਅਸੀਂ ਇਸ ਰਸਤੇ ਤੁਰੇ ਕੀ ਉਹ ਨੌਜਵਾਨ ਆਪਣੇ ਆਪ ਨੂੰ ਉਸ ਪਾਸੇ ਤੋਂ ਸਾਫ਼ ਕਰਨ ਲਈ ਜਿਹੇ ਇਲਜ਼ਾਮ ਲਾਉਂਦੇ ਨੇ ਪੁਲਿਸ ਤੇ ਜਾਂ ਕਿਤੇ ਸੱਚੂੱਚ ਹੀ ਪੁਲਿਸ ਦੀ ਕੋਈ ਕਤਾਹੀ ਹੈ ਜਾਂ ਪੁਲਿਸ ਦੀ ਕੋਈ ਵਿਧੀਕੀ ਹੈ ਜਿਹਦੇ ਕਰਕੇ ਨੌਜਵਾਨ ਇਸ ਪਾਸੇ ਵੱਲ ਆ ਜਾਂਦੇ ਨੇ ਦੇਖੋ ਜੀ ਹਰ ਆਪਾਂ ਪੁਲਿਸ ਆਫਸਰ ਨੂੰ ਬੁਰਾ ਨਹੀਂ ਆਖ ਸਕਦੇ ਜੀ ਤੇ ਹਰ ਨੌਜਵਾਨ ਜਿਹੜਾ ਬਦਮਾਸ਼ ਬਣ ਚੁੱਕਿਆ ਅੱਜ ਬੁਰੀ ਜ਼ਿੰਦਗੀ ਚ ਉਹਨੂੰ ਅਸੀਂ ਬੁਰਾ ਵੀ ਨਹੀਂ ਕਹਿ ਸਕਦੇ ਤੇ ਹਰੇਕ ਨੂੰ ਅਸੀਂ ਚੰਗਾ ਵੀ ਨਹੀਂ ਕਹਿ ਸਕਦੇ ਜੀ ਜੀ ਆਪਾਂ ਇੱਕੋ ਤੱਕੜੀ ਦੇ ਵਿੱਚ ਨਹੀਂ ਤੋਲ ਸਕਦੇ ਇੱਕ ਪਲੜੇ 'ਚ ਨਹੀਂ ਰੱਖ ਸਕਦੇ ਪਰ ਲੜਨਾ ਮਨੁੱਖੀ ਸੁਭਾਅ ਦਾ ਜੀ ਇੱਕ ਗੌਣਾ ਹਰ ਬੰਦਾ ਲੜਦਾ ਹਮ ਹਰ ਬੰਦਾ ਜ਼ਿੰਦਗੀ ਜਿਉਣ ਲਈ ਉਹਨੂੰ ਇੱਕ એનર્ਜੀ ਦੀ ਲੋੜ ਆ ਜੀ ਜਿਹੜੀ ਇੱਕ ਖਾਣੇ ਤੋਂ ਮਿਲਦੀ ਆ ਤੇ ਇੱਕ ਮਕਸਦ ਤੋਂ ਮਿਲਦੀ ਆ ਹਮ ਜਦੋਂ ਅਕਸਰ ਹੀ ਕੋਈ ਨੌਜਵਾਨ ਜੀ ਜੀ ਜਿਹੜਾ ਇੱਕ ਮਕਸਦ ਲੈ ਕੇ ਜਾਉਂਦਾ ਹੁੰਦਾ ਜਿਹਦਾ ਕਿਸੇ ਦਾ ਮਕਸਦ ਆ ਕਿ ਮੈਂ ਚੰਗਾ ਅਫੀਸਰ ਬਣਨਾ ਕਿਸੇ ਦਾ ਮਕਸਦ ਆ ਮੈਂ ਵਿਦੇਸ਼ ਦੇ ਵਿੱਚ ਜਾਣਾ ਕਿਸੇ ਦਾ ਮਕਸਦ ਆ ਮੈਂ ਚੰਗਾ ਪਲੇਅਰ ਬਣਨਾ ਹਰ ਨੌਜਵਾਨ ਇੱਕ ਮਕਸਦ ਨਾਲ ਜਾਉਂਦਾ ਉਸ ਮਕਸਦ ਤੋਂ ਉਹਨੂੰ એનર્ਜੀ ਮਿਲਦੀ ਆ ਜੀ ਜੀ ਜਦੋਂ ਉਹ ਕਦੇ ਕੋਈ ਜ਼ਿੰਦਗੀ ਛੋਟੀ ਮੋਟੀ ਗਲਤੀ ਕਰਕੇ ਤਾਂ ਉਹ ਇਸ ਚੱਕਰ ਦੇ ਵਿੱਚ ਫਸ ਜਾਂਦਾ ਮੰਨ ਲਓ ਇੱਕ ਛੋਟੀ ਚੋਰੀ ਦੇ ਵਿੱਚ ਫਸ ਜਾਂਦਾ ਤਾਂ ਇੱਕ ਪੁਲਿਸ ਪ੍ਰਸ਼ਾਸਨ ਦੀ ਵੀ ਮਜਬੂਰੀ ਹੁੰਦੀ ਆ ਕਿ ਉਹਨਾਂ ਤੇ ਵੀ ਉਹਦੇ ਇਲਾਕੇ 'ਚ ਹੁੰਦੀਆਂ ਚੋਰੀਆਂ ਜਾਂ ਬਦਮਾਸ਼ੀ ਦੀਆਂ ਘਟਨਾਵਾਂ ਤੱਬਾ ਹੁੰਦੀਆਂ ਇੱਕ ਅਫੀਸਰ ਦੇ ਹੂੰ ਹੂੰ ਤਾਂ ਉਹ ਨਿਤ-ਨਿਤ ਬਦਮਾਸ਼ੀ ਨਹੀਂ ਭਾਲ ਸਕਦਾ ਨਿਤ-ਨਿਤ ਚੋਰ ਨਹੀਂ ਭਾਲ ਸਕਦਾ ਜੀ ਜੀ ਤਾਂ ਉਹ ਵੀ ਕੀ ਕਰਦਾ ਹੂੰ ਹੂੰ ਵੀ ਇੱਕੋ ਬੰਦਾ ਜਿਹੜਾ ਲੱਭਿਆ ਉਹ ਤੇ ਸਾਰੇ ਦੋਸ਼ ਮੜ ਕੇ ਹੂੰ ਉਹਨੂੰ ਤੁੰਕ ਕੇ ਤੋੜ ਦਿੰਦਾ ਜੀ ਤੇ ਉਹ ਨੌਜਵਾਨ ਦਾ ਜਿਹੜਾ ਮਕਸਦ ਆ ਜ਼ਿੰਦਗੀ ਚੰਗੀ ਜਿਉਣ ਵਾਲਾ ਹੂੰ ਉਹ ਖਤਮ ਹੋ ਜਾਂਦਾ ਉੱਥੇ ਉਹਦੇ ਜਿਹੜੇ ਮਹਿਲ ਉਹ ਢਾਟੇਰੀ ਹੋ ਜਾਂਦੇ ਆ ਤੋਂ ਬੁਰੇ ਪਾਸੇ ਨੂੰ ਚਲੇ ਜਾਂਦੇ ਇਸੇ ਗੱਲ ਤੋਂ ਆਉਣਾ ਚਾਹੁੰਦਾ ਇੱਥੇ ਸੁਖਿੰਦਰ ਜੀ ਇੱਕ ਗੱਲ ਆਮ ਅਕਸਰ ਦੇਖਣ ਦੇ ਵਿੱਚ ਸਾਹਮਣੇ ਆਉਂਦੀ ਹੈ ਆਪਾਂ ਅਖਬਾਰਾਂ ਦੇ ਵਿੱਚ ਵੀ ਦਰਸ਼ਕ ਵੀ ਭਲੀ ਭਾਂਤ ਇਸ ਚੀਜ਼ ਨੂੰ ਦੇਖਦੇ ਆਉਂਦੇ ਨੇ ਸਮਾਜ ਦੀ ਇਹ ਇੱਕ ਕੌੜੀ ਸੱਚਾਈ ਹੈ ਜੇਕਰ ਹੈ ਤਾਂ ਕਿਉਂ ਐ ਕਿਉਂਕਿ ਆਮ ਕਰਕੇ ਦੇਖਦੇ ਆਂ ਕਿ ਪੁਲਿਸ ਨੇ ਨੌਜਵਾਨਾਂ ਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਬਾਕੀ ਦੇ ਕੇਸ ਵੀ ਪਾ ਦਿੱਤੇ ਕੋਈ ਚੋਰ ਫੜਿਆ ਤਾਂ ਬੰਦਾ ਫੜਿਆ ਉਹਦੇ ਤੇ ਪਾ ਦਿੱਤੇ ਜੇ ਕਿਸੇ ਨੇ ਛੋਟੀ ਮੋਟੀ ਗਲਤੀ ਕੀਤੀ ਵੀ ਹੈ ਤਾਂ ਉਹ ਆਪਣੀ ਉਸ ਬਧੀਕੀ ਨੂੰ ਸਵੀਕਾਰ ਕਰਨ ਤੇ ਉਸ ਤੋਂ ਉੱਪਰ ਉੱਠਣ ਦੀ ਬਜਾਏ ਉਹਦੇ ਤੇ ਜਦੋਂ ਹੋਰ ਜ਼ਿਆਦਾ ਭਾਰ ਪਾ ਦਿੱਤਾ ਜਾਂਦਾ ਤਾਂ ਮੇਰਾ خیال ਉਹ ਬਾਕੀ ਨਹੀਂ ਰਹਿ ਜਾਂਦਾ ਕਿ ਉਹ ਜ਼ਿੰਦਗੀ ਚ ਫੇਰ ਜਾ ਕੇ ਸੱਚ ਬੋਲੂਗਾ ਜਿਹਦੇ ਤੇ ਇੰਨਾ ਸਾਰਾ ਝੂਠ ਮੜ ਦਿੱਤਾ ਜਾਂਦਾ ਅਜਿਹਾ ਕਿਉਂ ਹੁੰਦਾ ਹੈ ਅ ਬਸ ਮੈਂ ਤੁਹਾਨੂੰ ਇਹੀ ਦੱਸਦਾ ਕਿ ਮਜਬੂਰੀ ਬਣ ਜਾਂਦੀ ਹੈ ਕਿ ਇੱਕ ਪ੍ਰਸ਼ਾਸਨ ਦੀ ਵੀ ਮਜਬੂਰੀ ਹੁੰਦੀ ਹੈ ਕਿਉਂਕਿ ਮੇਰੇ ਹਿਸਾਬ ਨਾਲ ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ ਜੀ ਨਸ਼ਾ ਇੰਨਾ ਜ਼ਿਆਦਾ ਜੀ ਜੀ ਇੱਕ ਕਲਚਰ ਜਿਹੜਾ ਪਰੋਸਿਆ ਜਾ ਰਿਹਾ ਬਦਮਾਸ਼ ਕਲਚਰ ਆ ਜਿਹੜਾ ਉਹ ਪਰੋਸਿਆ ਜਾ ਰਿਹਾ ਤੇ ਉਹ ਵੱਧ ਰਿਹਾ ਤਾਂ ਮੇਰੇ ਹਿਸਾਬ ਨਾਲ ਇੱਕ ਪ੍ਰਸ਼ਾਸਨ ਦੀ ਵੀ ਮਜਬੂਰੀ ਹੁੰਦੀ ਆ ਕਿ ਉਹ ਜਿਆਦਾ ਜੇ ਉਹ ਕਹੂਗਾ ਜੇ ਉਹ ਜਿਆਦਾ ਲੋਕਾਂ ਨੂੰ ਨਾਮਜ਼ਦ ਕਰੂਗਾ ਤਾਂ ਉਹਦੇ ਵੀ ਜਿਹੜੀ ਉਹਦੀ ਸਰਵਿਸ ਤੇ ਜੀ ਸਰਵਿਸ ਬੁੱਕ ਤੇ ਉਹਦੇ ਰਿਕਾਰਡ ਦੇ ਵਿੱਚ ਵੀ ਨੁਕਸਾਨ ਹੁੰਦਾ ਤਾਂ ਉਹ ਉਹ ਵੀ ਉਹ ਇਹ ਚਾਹੁੰਦੇ ਹੋਏ ਇੱਕੋ ਬੰਦੇ ਤੇ ਦੋਸ਼ ਮੜ ਦਿੰਦਾ ਉਹਦਾ ਨੁਕਸਾਨ ਕਰ ਦਿੰਦਾ ਤੇ ਗੱਲ ਤੁਹਾਡੇ ਵਾਲੀ ਬਿਲਕੁਲ ਸਹੀ ਆ ਵੀ ਜੇ ਕਿਸੇ ਬੰਦੇ ਦੇ ਜ਼ਿੰਦਗੀ ਦੇ ਵਿੱਚ ਇੱਕ ਵੀ ਝੂਠਾ ਇਲਜ਼ਾਮ ਲੱਗ ਜਾਂਦਾ ਤਾਂ ਉਹ ਜ਼ਿੰਦਗੀ ਦੇ ਵਿੱਚ ਉਹਨੂੰ ਜਿਹੜਾ ਸੱਚ ਤੋਂ ਨਫ਼ਰਤ ਹੋ ਜਾਂਦੀ ਆ ਤਾਂ ਕਿਤੇ ਨਾ ਕਿਤੇ ਉਹ ਝੂਠੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦਾ ਤਾਂ ਇਹ ਹਾਲਾਤ ਨੌਜਵਾਨਾਂ ਨਾਲ ਬਿਲਕੁਲ ਹੁੰਦੇ ਆ ਮੈਂ ਇਹਦੀ ਉਦਾਹਰਨ ਦੇ ਸਕਦਾ ਕਿ ਆਮ ਹੀ ਪਿੰਡਾਂ ਦੇ ਵਿੱਚ ਇੱਕ ਕਹਾਵਤ ਬਣੀ ਆ ਵੀ ਜੇ ਕੋਈ ਛੋਟਾ ਚੋਰ ਆ ਤੇ ਉਹ ਪੁਲਿਸ ਕੋਲੇ ਫੜਿਆ ਜਾਵੇ ਤਾਂ ਲੋਕ ਜਿਹੜੇ ਸਿਆਣੇ ਬੰਦੇ ਆ ਉਹ ਕਹਿ ਦਿੰਦੇ ਆ ਕਿ ਹੁਣ ਪੱਕਾ ਬਣ ਜੂਗਾ ਉਹਦਾ ਕਾਰਨ ਕਿਤੇ ਨਾ ਕਿਤੇ ਇਹੀ ਆ ਜਿਹੜੀ ਗੱਲ ਤੁਸੀਂ ਆਖੀ ਹੈ ਹਾਲਾਂਕਿ ਜਿਹੜੀਆਂ ਸਾਡੀਆਂ ਜੇਲਾਂ ਨੇ ਇਹਨਾਂ ਨੂੰ ਸੁਧਾਰ ਕਰਦੇ ਵਜੋਂ ਵਿਕਸਿਤ ਕੀਤਾ ਗਿਆ ਜੀ ਕਿ ਜੇ ਕੋਈ ਇਨਸਾਨ ਗਲਤੀ ਕਰਦਾ ਉੱਥੇ ਜਾ ਕੇ ਉਹਦੇ ਵਿੱਚ ਸੁਧਾਰ ਆ ਸਕੇ ਤੇ ਨਾਲੇ ਉਹਨੂੰ ਅਹਿਸਾਸ ਕਰਵਾਇਆ ਜਾ ਸਕੇ ਪਰ ਜਿਵੇਂ ਤੁਹਾਡੀ ਗੱਲ ਨੂੰ ਮੇਰਾ ਖਿਆਲ ਹੈ ਤੁਹਾਡੀ ਗੱਲ ਪ੍ਰੋੜਤਾ ਕਰਦੀ ਹੈ ਕਿ ਜਿਹੜਾ ਇੱਕ ਵਾਰ ਜੇਲ੍ਹ ਚਲਾ ਗਿਆ ਉਹ ਪੱਕਾ ਬਣ ਕੇ ਨਿਕਲਦਾ ਜੀ ਤੇ ਬਹੁਤ ਵਾਰ ਜ਼ਿਲਾਂ ਦੇ ਵਿੱਚੋਂ ਵੀ ਜਿਹੇ ਸਾਜੋ ਸਮਾਨ ਫੜੇ ਜਾਣ ਦਾ ਜਿਹੜੀਆਂ ਗੱਲਾਂ ਇੱਕ ਵਾਰੀ ਨਹੀਂ ਨੇਕਾਂ ਵਾਰ ਸਾਹਮਣੇ ਆਈਆਂ ਮੋਬਾਈਲ ਫੜੇ ਜਾਣੇ ਉੱਥੇ ਜੇਲ੍ਹ ਦੇ ਵਿੱਚ ਵੀ ਨੌਜਵਾਨਾਂ ਦੇ ਵਿੱਚ ਆਪਸ ਵਿੱਚ ਲੜਾਈ ਹੋਣੀ ਹਾਲਾਂਕਿ ਉਹ ਚੀਜ਼ ਜਿਹੜੀ ਆਪਾਂ ਸਮਾਜ ਦੇ ਵਿੱਚੋਂ ਕੱਢ ਕੇ ਉੱਥੇ ਉਹਨਾਂ ਨੌਜਵਾਨਾਂ ਨੂੰ ਸੁਧਾਰਨ ਦੇ ਲੈ ਕੇ ਜਾਣੇ ਉੱਥੇ ਜਾ ਕੇ ਹੋਰ ਜ਼ਿਆਦਾ ਵੱਧ ਜਾਂਦੀ ਹੈ ਜੋ ਸਾਡੇ ਲਈ ਇੱਕ ਹੋਰ ਜ਼ਿਆਦਾ ਦੁਖਾਂਤ ਬਣਦੀ ਹੈ ਉਹਦਾ ਕਾਰਨ ਇੱਕ ਹੋਰ ਵੀ ਹੈ ਨਾ ਕਿ ਅੱਜ ਪੰਜਾਬ ਪੁਲਿਸ ਜਿਆਦਾ ਚਰ ਜ਼ਿਆਦਾਤਰ ਲੀਡਰਾਂ ਦੀ ਚੱਕਰੀ ਕਰਨ ਤੇ ਲੱਗੀ ਹੋਈ ਹੈ ਲੀਡਰਾਂ ਤੇ ਕੁੱਤੇ ਨਮਾਉਣ ਤੱਕ ਦੀ ਡਿਊਟੀ ਆ ਜਿਹੜੀ ਉਹ ਪੁਲਿਸ ਮੁਲਾਜ਼ਮਾਂ ਦੀ ਆ ਆਪਾਂ ਨਿਹਰਾ ਨਿਹਰਾਪੁਰਾ ਇੱਕ ਪੰਜਾਬ ਪੁਲਿਸ ਨੂੰ ਜੇ ਬਦਮਾਸ਼ੀ ਵੱਧ ਰਹੀ ਆ ਤਾਂ ਆਪਾਂ ਪੰਜਾਬ ਪੁਲਿਸ ਨੂੰ ਹੀ ਨਹੀਂ ਮੰਨ ਸਕਦੇ ਉਹਦਾ ਦੋਸ਼ੀ ਜੀ ਜੀ ਤਾਂ ਉਹਦੇ ਪਿੱਛੇ ਲੀਡਰ ਵੀ ਆ ਇੱਕ ਨੌਜਵਾਨ ਜਦੋਂ ਛੋਟਾ ਬਦਮਾਸ਼ ਬਣਦਾ ਜਦੋਂ ਛੋਟਾ ਝਗੜਾ ਜਿਹੜਾ ਕਰਦਾ ਤਾਂ ਉਹ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਪੰਜ ਚਾਰ ਬੰਦੇ ਰੱਖਣੇ ਸ਼ੁਰੂ ਕਰ ਦਿੰਦਾ ਜਦੋਂ ਓਦੋਂ ਵੱਡਾ ਕੰਮ ਕਰ ਦਿੰਦਾ ਤਾਂ ਉਹ ਹਥਿਆਰ ਰੱਖਣੇ ਸ਼ੁਰੂ ਕਰ ਦਿੰਦਾ ਜਦੋਂ ਉਦੋਂ ਵੱਡਾ ਕਰ ਦਿੰਦਾ ਤਾਂ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਲੀਡਰ ਦੇ ਕੋਲੇ ਵੀ ਜਾਣਾ ਸ਼ੁਰੂ ਕਰ ਦਿੰਦਾ ਤਾਂ ਲੀਡਰ ਉਹਨੂੰ ਦਿੱਤੀ ਸੁਰੱਖਿਆ ਦੇ ਬਦਲੇ ਆਪਣੇ ਪੁੱਠੇ ਸਿੱਧੇ ਕੰਮ ਵੀ ਕਰਾਉਣੇ ਸ਼ੁਰੂ ਕਰ ਦਿੰਦਾ ਤੇ ਜਦ ਕਿਸੇ ਲੀਡਰ ਨੂੰ ਇਹ ਅਹਿਸਾਸ ਹੁੰਦਾ ਕਿ ਅੱਜ ਇਹ ਮੈਨੂੰ ਖਤਰਾ ਬਣਦਾ ਜਾਂਦਾ ਜੀ ਜੀ ਤਾਂ ਤਦ ਉਹ ਉਹਦਾ ਦੂਸਰਾ ਹੱਲ ਕਰਵਾ ਦਿੰਦਾ ਜਾਂ ਉਹ ਦੂਸਰੀ ਗੈਂਗ ਤੋਂ ਉਹਨੂੰ ਮਰਵਾ ਦਿੰਦਾ ਜਾਂ ਉਹਨੂੰ ਪੁਲਿਸ ਕਿਸੇ ਐਸੇ ਕੇਸ 'ਚ ਫਸਾ ਦਿੰਦਾ ਤੇ ਜਾਂ ਉਹਨੂੰ ਫਿਰ ਪੁਲਿਸ ਮੁਕਾਬਲੇ ਦੇ ਵਿੱਚ ਮਰਵਾ ਦਿੰਦਾ ਜਨਦਾ ਇਹ ਜ਼ਰੂਰੀ ਨਹੀਂ ਕਿ ਕੋਈ ਵੱਡਾ ਬਦਮਾਸ਼ ਹੀ ਪੁਲਿਸ ਦੇ ਮੁਕਾਬਲੇ 'ਚ ਮਾਰਿਆ ਜਾਵੇ ਹਾਂ ਜਿਹਦੀ ਕਿਸੇ ਵੱਡੇ ਲੀਡਰ ਦੀ ਕਮਜ਼ੋਰੀ ਆ ਜਿਹੜੇ ਬੰਦੇ ਕੋਲੇ ਉਹ ਭਾਵੇਂ ਛੋਟਾ ਹੀ ਹੋਵੇ ਉਹ ਵੀ ਅਕਸਰ ਹੀ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਜਾਂਦੇ ਆ ਪਿਛਲੇ ਦਿਨੀ ਪੰਜਾਬ ਪੁਲਿਸ ਦੁਆਰਾ ਜਿਹੜਾ ਇੱਕ ਮੁਕਾਬਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਜਿਹੜਾ ਉਹ ਮਾਰਿਆ ਗਿਆ ਜਿਨ੍ਹਾਂ ਤੇ ਇੱਕ ਇਹ ਇਲਜ਼ਾਮ ਵੀ ਲੱਗਿਆ ਕਿ ਇਹਨਾਂ ਨੇ ਜਿਹੜਾ ਪੰਜਾਬ ਦੀ ਅਮਨ ਚੈਨ ਦੇ ਲਈ ਕੋ ਚਿੰਤਾ ਦਾ ਵਿਸ਼ਾ ਸੀਗੀ ਪੁਲਿਸ ਦੁਆਰਾ ਇਸ ਕਰਕੇ ਉਹਨਾਂ ਨੂੰ ਇੱਕ ਮੁਕਾਬਲੇ ਦੇ ਵਿੱਚ ਟਾਇਰ ਡੇਰੀ ਕੀਤਾ ਗਿਆ ਪਰ ਉਹਨਾਂ ਵਿੱਚੋਂ ਇੱਕ ਨੌਜਾਨ ਮੰਨੇ ਦੀ ਮਾਂ ਨੇ ਜਿਹੜਾ ਗੈਂਗਸਟਰ ਦੀ ਮਾਂ ਨੇ ਇਹ ਕਹਿਣਾ ਕਿ ਮੇਰੇ ਪੁੱਤ ਨੂੰ ਨਜਾਇਜ਼ ਮਾਰਿਆ ਕਿ ਉਹ ਕੋਈ ਗੈਂਗਸਟਰ ਨਹੀਂ ਸੀ ਤੇ ਪੰਜਾਬ ਪੁਲਿਸ ਨੇ ਜਾਣਬੁੱਝ ਕੇ ਉਸ ਨੂੰ ਜਿਹੜਾ ਬਲੀ ਦਾ ਬੱਕਰਾ ਬਣਾਇਆ ਤੇ ਉੱਥੇ ਨਾਲ ਹੀ ਉਸ ਦੀ ਪਤਨੀ ਵੱਲੋਂ ਇਹ ਇਲਜ਼ਾਮ ਲਾਇਆ ਜਾਣਾ ਕਿ ਉਹ ਜਿਹੇ ਕੰਮਾਂ ਦੇ ਵਿੱਚ ਨਹੀਂ ਸੀਗਾ ਉਸ ਨੂੰ ਪਛਾਣਨ ਦੇ ਵਿੱਚ ਗਲਤੀ ਕੀਤੀ ਗਈ ਹੈ ਉਹ ਤਾਂ ਇੱਕ ਆਮ ਜ਼ਿੰਦਗੀ ਜਿਉ ਰਿਹਾ ਸੀ ਅਜਿਹੇ ਵੀ ਮਾਮਲੇ ਕਈ ਵਾਰੀ ਸੋਚਣ ਲਈ ਮਜਬੂਰ ਕਰ ਦਿੰਦੇ ਨੇ ਜੇ ਆਪਾਂ ਇੱਕ ਮਾਂ ਦੇ ਬਿਆਨ ਨੂੰ ਆਪਾਂ ਅਸਲੀਅਤ ਨਹੀਂ ਮੰਨ ਸਕਦੇ ਕਿਉਂਕਿ ਇੱਕ ਮਾਂ ਹੈ ਉਹਦਾ ਪੁੱਤ ਮਰਿਆ ਨੌਜਵਾਨ ਹੂੰ ਤਾਂ ਉਹਦੇ ਲਈ ਤਾਂ ਜੇ ਅੱਜ ਉਹਦੇ ਗੋਲੀ ਵੱਜੀ ਆ ਤਾਂ ਉਹਦੇ ਲਈ ਤਾਂ ਸਾਰੀ ਦੁਨੀਆ ਦੋਸ਼ੀ ਆ ਜੀ ਜੀ ਉਹਦੇ ਲਈ ਉਹਦਾ ਪੁੱਤ ਨਹੀਂ ਦੋਸ਼ੀ ਉਹਦੇ ਲਈ ਸਾਰੀ ਦੁਨੀਆ ਦੋਸ਼ੀ ਆ ਤਾਂ ਉਹ ਦੋਸ਼ੀ ਠਹਿਰਾਉਗੀ ਉਹਦੀਆਂ ਭਾਵਨਾਵਾਂ ਆਪਾਂ ਉਹਦੀ ਮਾਂ ਦੀਆਂ ਭਾਵਨਾਵਾਂ ਨੂੰ ਉਸ ਮੌਕੇ ਤੇ ਸਮਝ ਸਕਦੇ ਆ ਪਰ ਉਹ ਭਾਵਨਾਵਾਂ ਨੂੰ ਦੇਖ ਕੇ ਆਪਾਂ ਫੈਸਲਾ ਨਹੀਂ ਲੈ ਸਕਦੇ ਕਿ ਦੋਸ਼ੀ ਪੁਲਿਸ ਆ ਜੀ ਪਰ ਕਿਤੇ ਨਾ ਕਿਤੇ ਉਹਦੀ ਮਾਂ ਦੀ ਉਹ ਸਟੇਟਮੈਂਟ ਨੂੰ ਥੋੜਾ ਜਿਹਾ ਧਿਆਨ ਚ ਰੱਖ ਲਿਆ ਜਾਵੇ ਤੇ ਦੂਸਰੇ ਗੈਂਗਸਟਰ ਦੀ ਪਤਨੀ ਦੀ ਸਟੇਟਮੈਂਟ ਨੂੰ ਵੀ ਪਰੇ ਹਟਾ ਦਿੱਤਾ ਜਾਵੇ ਤਾਂ ਤੀਸਰਾ ਜਿਹੜਾ ਪਿੰਕੀ ਘੇਟ ਵੱਲੋਂ ਗੱਲਾਂ ਆਖੀਆਂ ਗਈਆਂ ਜਿਹੜਾ ਪੁਲਿਸ ਦਾ ਇੱਕ ਅਫਸਰ ਆ ਰਿਹਾ ਤਾਂ ਉਹਨੇ ਆਖਿਆ ਕਿ ਜਦੋਂ 84 ਦਾ ਸਮਾਂ ਸੀ ਜੀ ਜੀ ਉਹਨਾਂ ਦਿਨਾਂ ਦੇ ਵਿੱਚ ਕੁਝ ਅਫੀਸਰ ਇਹੋ ਜਿਹੇ ਸੀਗੇ ਜਿਹੜੇ ਉਹਨਾਂ ਨੂੰ ਕਹਿੰਦੇ ਸੀ ਉਹਨਾਂ ਦੇ ਜਵਾਨੋਂ ਇਹ ਗੱਲ ਆ ਕਿ ਉਹ ਖੱਟੇ ਪਰਨੇ ਬੰਨ ਕੇ ਲੋਕਾਂ ਨੂੰ ਮਾਰਨ ਜਾਇਆ ਕਰਦੇ ਸੀ ਕਿ ਖਾੜਕੂਆਂ ਦੀ ਭੂਮਿਕਾ ਨੂੰ ਛੱਕ ਦੇ ਵਿੱਚ ਲੈ ਕੇ ਆਂਦਾ ਜਾਵੇ ਤਾਂ ਇਸ ਤਰ੍ਹਾਂ ਦੇ ਜੇ ਕਾਰਨਾਮੇ ਜੀ ਜੀ ਅਫੀਸਰ ਕਰਦੇ ਰਹੇ ਆ ਤਾਂ ਇੱਥੋਂ ਪਤਾ ਲੱਗਦਾ ਕਿ ਚੰਗੇ ਲੋਕ ਆ ਜਿਹੜੇ ਵੀ ਉਹ ਪੁਲਿਸ ਅਫਸਰ ਵੀ ਹੈ ਨਹੀਂਗੇ ਜੀ ਜੀ ਵੀ ਆਪਾਂ ਉਹਨਾਂ ਨੂੰ ਵੀ ਐ ਨਹੀਂ ਕਹਿ ਸਕਦੇ ਕਿ ਉਹ ਚੰਗਿਆਈ ਦੇ ਆਧਾਰ ਤੇ ਵੀ ਕਿਤੇ ਨਾ ਕਿਤੇ ਪੰਜਾਬ ਪੁਲਿਸ ਵੀ ਸੁਪਾਰੀ ਸੁਪਾਰੀਆਂ ਲੈ ਕੇ ਬੰਦੇ ਮਾਰਦੀ ਰਹੀ ਆ ਤੇ ਉਹ ਅੱਜ हट ਗਈ ਹੋਊਗੀ ਇਹ ਗੱਲ ਨੂੰ ਕਿਤੇ ਵੀ ਆਪਾਂ ਕਹਿ ਨਹੀਂ ਸਕਦੇ ਕਿ ਹਾਂ ਹੈ ਇਸ ਤੋਂ ਅੱਗੇ ਇੱਕ ਗੈਂਗਸਟਰਾਂ ਵੱਲੋਂ ਆਪਣੀ ਫੇਸਬੁੱਕ ਦੇ ਉੱਤੇ ਇੱਕ ਸਟੇਟਮੈਂਟ ਪਾਈ ਜਾਂਦੀ ਹੈ ਕਿ ਪੰਜਾਬ ਪੁਲਿਸ ਕਿਸ ਤਰ੍ਹਾਂ ਕਿਸੇ ਬੰਦੇ ਨੂੰ ਬਦਮਾਸ਼ ਬਣਨ ਦੇ ਵਿੱਚ ਮਜਬੂਰ ਕਰਦੀ ਹੈ ਆਪਾਂ ਉਹਨੂੰ 100% ਨਾ ਮੰਨ ਲਈਏ ਕਿ 100% ਸਾਰੇ ਬਦਮਾਸ਼ ਹੀ ਇਸ ਤਰ੍ਹਾਂ ਬਣਦੇ ਆ ਪੰਜਾਬ ਪੁਲਿਸ ਹਾਂਜੀ ਪਰ ਹਾਂ ਕੋਸਤਾ ਫਿਰ ਬਣਦੇ ਹੋਣਗੇ ਨਾ ਜੀ ਆਪਾਂ ਕਿਗੇ ਕਿ ਜੇ 100 ਬਦਮਾਸ਼ ਪਦਾਇਸ਼ 100 ਦੀ ਹੁੰਦੀ ਆ ਤੇ 100 ਚ ਫਿਰ ਦਸਾਂ ਦੀ ਤਾਂ ਇਸ ਤਰ੍ਹਾਂ ਹੁੰਦੀ ਆ ਨਾ ਜੇ ਆਪਾਂ ਬਦਮਾਸ਼ੀ ਦੇ ਖਿਲਾਫ ਆ ਤਾਂ ਆਪਾਂ ਉਸ ਜੜ ਤੱਕ ਤਾਂ ਆਪਾਂ ਨੂੰ ਪਹੁੰਚਣਾ ਚਾਹੀਦਾ ਨਾ ਜੇ ਆਪਾਂ ਇਸ ਇਸ ਚੀਜ਼ ਨੂੰ ਜਿਹੜੀ ਸਰਕਾਰ ਦੇ ਕੰਟਰੋਲ ਦੇ ਵਿੱਚ ਆ ਜੇ ਸਰਕਾਰ ਜਾਂ ਆਪਾਂ ਲੋਕ ਇਸ ਗੱਲ ਤੇ ਚਰਚਾ ਕਰਾਂਗੇ ਤਾਂ ਮੇਰੇ ਹਿਸਾਬ ਨਾਲ ਫਿਰ ਜੇ 100 ਚ ਦਾਸਤਾ ਪੈਦਾ ਹੋਣੋਂ ਹਟਣਗੇ ਨਾ ਜਿਹੜੇ ਪੁਲਿਸ ਵੱਲੋਂ ਪੈਦਾ ਕੀਤੇ ਜਾਂਦੇ ਆ ਸੁਖਜਿੰਦਰ ਜੀ ਇੱਕ ਸਮਾਂ ਹੁੰਦਾ ਸੀ ਜਦੋਂ ਨੌਜਵਾਨ ਕਾਲਜਾਂ ਦੇ ਵਿੱਚੋਂ ਜਿਹੜੀਆਂ ਆਪਣੇ ਜੂਨੀਅਰਾਂ ਬਣਾ ਕੇ ਆਪਣੀ ਚੋਣ ਕਰਦੇ ਸੀ ਪ੍ਰਧਾਨ ਬਣਾਉਂਦੇ ਸੀ ਤਾਂ ਉਹਦਾ ਕੋਈ ਸਾਰਥਕ ਨਤੀਜਾ ਕੱਢਦੇ ਸੀ ਜਾਂ ਤਾਂ ਬਾਦਰੀਆਂ ਫੀਸਾਂ ਨੂੰ ਲੈ ਕੇ ਜਾਂ ਸਮਾਜ ਵਿੱਚ ਆ ਰਹੀਆਂ ਹੁਣਤਾਈਆਂ ਨੂੰ ਲੈ ਕੇ ਜਿਹੜੀ ਉਹ ਜੱਥੇਬੰਦ ਘਟਾਂਚੇ ਬਣਾਏ ਜਾਂਦੇ ਸੀ ਪਰ ਅੱਜ ਕੱਲ ਆਪਾਂ ਵੇਖਦੇ ਆ ਕਿ ਕਾਲਜਾਂ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਨੌਜਵਾਨ ਆਪਸ ਦੇ ਵਿੱਚ ਭਿੜਦੇ ਨੇ ਖੂਨ ਖਰਾਬਾ ਹੁੰਦਾ ਧੱਕੇ ਨਾਲ ਇੱਕ ਦੂਜੇ ਦੇ ਪੋਸਟਰ ਲਾਏ ਜਾਂਦੇ ਨੇ ਪਾੜੇ ਜਾਂਦੇ ਨੇ ਇੱਕ ਦੂਜੇ ਦੀ ਮਾਰਕ ਉਟਾਈ ਕੀਤੀ ਜਾਂਦੀ ਹੈ ਇਹ ਜਿਹੜਾ ਜਿਹੜਾ ਕਾਲਜਾਂ ਦੇ ਵਿੱਚ ਕਲਚਰ ਪੈਦਾ ਹੋਣ ਲੱਗ ਗਿਆ ਉੱਥੋਂ ਹੀ ਮੇਰਾ ਖਿਆਲ ਹੈ ਜਿਹੜੀ ਸ਼ੁਰੂਆਤ ਅੱਗੇ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਕਹਾਵਤ ਸੀ ਆਮ ਹੀ ਜੀ ਕਿ ਜਿਹੜੇ ਕਾਲਜ ਦੇ ਲੀਡਰ ਆ ਉਹ ਪੱਖ ਚਤੇਸ਼ ਦੇ ਲੇਤਾ ਹੁੰਦੇ ਨੇ ਜੀ 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 ਮਤਲਬ ਜਿਹਹੇ ਜਿਹਾਂ ਉਹ ਕਰੈਕਟਰ ਉੱਥੋਂ ਪੈਦਾ ਕੀਤਾ ਜਾਂਦਾ ਸੀ ਉਹੀ ਕਰੈਕਟਰ ਅੱਗੇ ਉਹੀ ਕਰਦਾਰ ਅੱਗੇ ਦੇਸ਼ ਦੇ ਨਤਾਮਾ ਦਾ ਹੁੰਦਾ ਸੀ ਤੇ ਫਿਲਹਾਲ ਵੀ ਆ ਜੀ ਕਿ ਹੁਣ ਜੇ ਕਾਲਜਾਂ ਦੇ ਵਿੱਚੋਂ ਪ੍ਰਧਾਨਗੀਆਂ ਲਈ ਬਦਮਾਸ਼ੀਆਂ ਹੁੰਦੀਆਂ ਤਾਂ ਉੱਪਰ ਵੀ ਤੁਸੀਂ ਵੇਖ ਲਓ ਆਪਾਂ ਸਾਰੇ ਹੀ ਵੇਖਦੇ ਆ ਕਿ ਜਿਹੜੇ ਭੱਟੇ ਨਤਾਮਾਂ ਦੇ ਕਰਤਾਰ ਵੀ ਉਹੋ ਜਿਹੇ ਹੀ ਆ ਮਤਲਬ ਕਹਿਣ ਤੋਂ ਭਾਵੇਂ ਆ ਕਿ ਇਹ ਤਾਂ ਇੱਕ ਪਰਸ਼ਾਵਾ ਹੈ ਜਿਹੜਾ ਵਿਦਿਆਰਥੀਆਂ ਤੇ ਪੈ ਰਿਹਾ ਜਿਹੜਾ ਦਿਸ ਰਿਹਾ ਤੇ ਜੇ ਪਰਸ਼ਾਵਾ ਉਹੋ ਜਿਹਾ ਹੀ ਹੁੰਦਾ ਜਿਹੇ ਜਾ ਅੱਗੇ ਕੋਈ ਚੀਜ਼ ਖੜੀ ਹੋਵੇ ਤਾਂ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਉੱਪਰੋਂ ਲੈ ਕੇ ਹੇਠਾਂ ਤੱਕ ਸਾਰੀਆਂ ਚੀਜ਼ਾਂ ਦੇ ਆਕਾਰ ਨੂੰ ਹੀ ਬਦਲਦੀ ਰੋੜਾ ਨੌਜਵਾਨਾਂ ਜਿਹੜੇ ਉਹ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਨੇ ਆ ਪੰਜਾਬ ਦੀ ਜਵਾਨੀ ਜਿਹੜੀ ਜ਼ਿਆਦਾਤਰ ਜਾਂ ਤਾਂ ਉਹ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਜਾਂ ਇੱਕ ਤੱਬਾ ਸਾਡੇ ਤੇ ਲੱਗ ਰਿਹਾ ਕਿ ਅਸੀਂ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੇ ਹਾਂ ਸਾਡੇ ਕਾਲਜਾਂ ਦੇ ਕਾਲਜ ਖਾਲੀ ਹੋ ਰਹੇ ਨੇ ਕਿਉਂਕਿ ਹੁਣ ਕਾਲਜਾਂ ਦੇ ਵਿੱਚ ਐਡਮਿਸ਼ਨ ਲਈ ਨੌਜਵਾਨੀ ਬੱਚੇ ਸਭ ਵਿਦੇਸ਼ ਜਾਣਾ ਚਾਹੁੰਦੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਜੀ ਕੈਨੇਡਾ ਦੇ ਵਿੱਚ ਹਾਲ ਹੀ ਦੀ ਘਟਨਾ ਸਾਹਮਣੇ ਆਈ ਹੈ ਉੱਥੇ ਵੀ ਇੱਕ ਗੈਂਗਵਾਰ ਹੋਈ ਹੈ ਜਿਹੜੇ ਪੰਜਾਬ ਦੇ ਹੀ ਨੌਜਵਾਨ ਸਾਡੇ ਲਈ ਇੱਕ ਸਿਰ ਨੀਵਾ ਕਰਨ ਵਾਲੀ ਗੱਲ ਹੋ ਗਈ ਪੰਜਾਬ ਦੇ ਨੌਜਵਾਨ ਆਸੂ ਵਿੱਚ ਲੜਦੇ ਸਾਹਮਣੇ ਆਏ ਡਾਂਗਾ ਹੱਕੀਆਂ ਨਾਲ ਉਹਨਾਂ ਦਾ ਜਿਹੜਾ ਵੀਡੀਓ ਵਾਇਰਲ ਹੋਈ ਆ ਉੱਥੋਂ ਦੀ ਕੈਨੇਡਾ ਪੁਲਿਸ ਦੁਆਰਾ ਉਹਨਾਂ ਤੇ ਜਿਹੜਾ ਸਿਕੰਜਾ ਕਸ਼ਿਆ ਜਾ ਰਿਹਾ ਤੁਸੀਂ ਜੇ ਆਪਾਂ ਸੋਚੀਏ ਕਿ ਪੰਜਾਬ ਦੇ ਵਿੱਚ ਹੀ ਹੈ ਤਾਂ ਉੱਥੋਂ ਵੇਖੀਏ ਤਾਂ ਵਿਦੇਸ਼ਾਂ ਦੇ ਵਿੱਚ ਵੀ ਸਾਰਾ ਕੁਝ ਬਰਾਬਰੀ ਚੱਲ ਰਿਹਾ ਹੈ ਨੇ ਇਹ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਨੌਜਵਾਨ ਇਸ ਤਰ੍ਹਾਂ ਕਰਦੇ ਆ ਕੋਈ ਇੱਕ ਦੋ ਹੁੰਦੇ ਇਕਾ ਦੁੱਕਾ ਹੁੰਦੇ ਆ ਆਪਾਂ ਸਾਰੇ ਨੌਜਵਾਨਾਂ ਤੇ ਸਿਰ ਵੀ ਦੋਸ਼ ਨਹੀਂ ਮੜ ਸਕਦੇ ਸਾਰੇ ਪੁਲਿਸ ਮੁਲਾਜ਼ਮਾਂ ਦੇ ਸਿਰ ਵੀ ਦੋਸ਼ ਨਹੀਂ ਮੜ ਸਕਦੇ ਪਰ ਇਕ ਦੁੱਕਾ ਘਟਨਾਵਾਂ ਇਹ ਜਿਹੀਆਂ ਹੁੰਦੀਆਂ ਜਿਹੜੀਆਂ ਸਾਰੇ ਨੌਜਵਾਨਾਂ ਤੇ ਇੱਕ ੱਤਬਾ ਲੱਗ ਜਾਂਦਾ ਉਹਦੇ ਵਿੱਚ ਜਿਹੜੇ ਮਤਲਬ ਸਟੂਡੈਂਟਾਂ ਦੇ ਵਿਰੋਧੀ ਲੋਕ ਆ ਕੁਝ ਨਾ ਕੁਝ ਨਾ ਉੱਥੇ ਉਹ ਵੀ ਬਣੇ ਹੋਏ ਆ ਜਿਨ੍ਹਾਂ ਨੂੰ ਐਂ ਲੱਗਦਾ ਕਿ ਵਿਦਿਆਰਥੀ ਨਹੀਂ ਹੋਣੇ ਚਾਹੀਦੇ ਤਾਂ ਉਹ ਵੀ ਲੋਕ ਕਮਜ਼ੋਰੀਆਂ ਭਾਲਦੇ ਆ ਤੇ ਉਸ ਤੋਂ ਬਾਅਦ ਉਸ ਮਸਲੇ ਨੂੰ ਲੋੜ ਤੋਂ ਜ਼ਿਆਦਾ ਤੂਲ ਦਿੰਦੇ ਆ ਨੌਜਵਾਨਾਂ ਨੇ ਉਹ ਗਲਤੀ ਕੀਤੀ ਆ ਜੀ ਵਾਕਈ ਕੀਤੀ ਆ ਪਰ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਲੱਗਿਆ ਵੀ ਜਦੋਂ ਉਹ ਮਸਲਾ ਇੰਨਾ ਵੱਡਾ ਗੰਭੀਰ ਬਣ ਗਿਆ ਤੇ ਅੱਜ ਸਾਰੇ ਸਟੂਡੈਂਟਾਂ ਦਾ ਹੀ ਭੁੱਖ ਦਾਤ ਤੇ ਲੱਗਣ ਵਾਲੀ ਗੱਲ ਬਣ ਗਈ ਤੇ ਅੱਗੇ ਵੀ ਰਾਹ ਬੰਦ ਹੋਣ ਵਾਲੀ ਗੱਲ ਬਣ ਗਈ ਛੋਟੇ ਨਾਲ ਤੇ ਮੈਨੂੰ ਲੱਗਦਾ ਨੌਜਵਾਨਾਂ ਨੂੰ ਇਹ ਚੀਜ਼ ਤੋਂ ਬਹੁਤ ਵੱਡੀ ਸਿੱਖ ਮਿਲੀ ਹੋਊਗੀ ਜੀ ਜੀ ਸਖਜਿੰਦਰ ਅਜਿਹੇ ਨੌਜਵਾਨ ਜਦੋਂ ਅਜਿਹੇ ਬਲਗਣਾ ਦੇ ਵਿੱਚ ਫਸਦੇ ਨੇ ਅਜਿਹੇ ਘੇਰੇ ਦੇ ਵਿੱਚ ਆਉਂਦੇ ਨੇ ਤਾਂ ਸਭ ਤੋਂ ਵੱਡਾ ਦੁੱਖ ਜਿਹੜਾ ਮਾਪਿਆਂ ਨੂੰ ਹੁੰਦਾ ਹੈ ਕਿਉਂਕਿ ਕੋਈ ਮਾਪਿਓ ਨਹੀਂ ਚਾਹੁੰਦਾ ਕਿ ਉਹਨਾਂ ਦਾ ਬੱਚਾ ਜਿਹੜਾ ਉਹ ਅਜਿਹੇ ਤੰਦੇ ਦੇ ਵਿੱਚ ਅਜਿਹੇ ਪ੍ਰੋਗਰਾਮ ਅਜਿਹੇ ਜਲਸਾਜੀ ਦੇ ਵਿੱਚ ਫਸੇ ਜਾਂ ਜਿਹੇ ਮੁਕਾਦਮਿਆਂ ਦੇ ਵਿੱਚ ਫਸੇ ਜਾਂ ਕਚਹਿਰਕੋਟ ਕਚਰੀਆਂ ਚੱਕਰਾਂ ਦੇ ਵਿੱਚ ਪਵੇ ਥਾਣਿਆਂ ਦੀ ਜਿਹਦੇ ਨਾਲ ਪਰਿਵਾਰ ਦੀ ਜਿਹੜੀ ਉਹ ਢੂਈ ਲੱਗੇ ਵੈਸੇ ਹੀ ਪੰਜਾਬ ਦਾ ਜਿਹੜਾ ਅਰਥਚਾਰਾ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਪੰਜਾਬ ਦੀ ਕਿਰਸਾਨੀ ਮਰ ਰਹੀ ਹੈ ਕਿਸਾਨ ਨਿਤਨ ਖੁਦਕੁਸ਼ੀ ਕਰ ਰਿਹਾ ਲੋੜ ਤਾਂ ਸਾਡੇ ਨੌਜਵਾਨਾਂ ਨੂੰ ਇਸ ਟਾਈਮ ਸੰਭਲ ਹੁੰਦੀ ਹੈ ਜੀ ਜਦੋਂ ਸਾਡੇ ਨੌਜਵਾਨ ਅਜਿਹੇ ਪਾਸੇ ਜਾਂਦੇ ਨੇ ਤਾਂ ਸਾਡੇ ਲਈ ਇੱਕ ਹੋਰ ਜ਼ਿਆਦਾ ਸੋਚਣ ਵਾਲੀ ਗੱਲ ਹੋ ਜਾਂਦੀ ਹੈ ਜੀ ਅਖਰ ਜਵਾਨੀ ਹੈ ਜਿਹੜੀ ਉਹ ਜਿਹੇ ਬਲਬਲਿਆਂ ਤੋਂ ਬਚਾਉਣ ਦੇ ਲਈ ਉਹਨੂੰ ਸਹੀ ਪਾਸੇ ਲਾਉਣ ਦੇ ਲਈ ਕੀ ਸਾਨੂੰ ਸਕੂਲਾਂ ਜਾਂ ਕਾਲਜਾਂ ਤੋਂ ਹੀ ਅਧਿਆਪਕਾਂ ਜਾਂ ਪ੍ਰੋਫੈਸਰਾਂ ਦੀ ਜ਼ਿੰਮੇਵਾਰੀ ਨਹੀਂ ਬਣ ਜਾਂਦੀ ਕਿ ਉਹਨਾਂ ਨੂੰ ਸਹੀ ਸੇਧ ਦਿੱਤੀ ਜਾ ਸਕੇ ਸਕੂਲੀ ਕਾਲਜੀ ਵਿੱਦਿਆ ਦੇ ਨਾਲ ਨਾਲ ਨੈਤਿਕ ਸਿੱਖਿਆ ਦਾ ਵੀ ਇੱਕ ਪਾਠ ਪੜਾਇਆ ਜਾਵੇ ਜਿਹਦੇ ਨਾਲ ਉਹਨਾਂ ਨੂੰ ਸਾਡੇ ਇਤਿਹਾਸ ਤੋਂ ਸਾਡੇ ਸੱਭਿਆਚਾਰ ਤੋਂ ਸਾਡੀਆਂ ਕਦਰਾਂ ਕੀਮਤਾਂ ਤੋਂ ਜਾਣੂ ਕਰਾਇਆ ਜਾਵੇ ਤਾਂ ਕਿ ਨੌਜਵਾਨਾਂ ਦੇ ਵਿੱਚ ਸਹੀ ਰੂਹ ਹੈ ਜਿਹੜੀ ਉਹ ਫੁੱਕੀ ਜਾ ਸਕੇ ਜਿਹਦੇ ਨਾਲ ਉਹ ਪੰਜਾਬ ਦੀ ਤਰਜਮਾਨੀ ਕਰ ਸਕਣ ਜੀ ਅ ਜਿੱਥੋਂ ਤੱਕ ਨਾ ਸਵਾਲ ਚੰਗੀ ਸਿੱਖਿਆ ਦਾ ਜੀ ਤਾਂ ਮੈਂ ਨਾ ਅਕਸਰ ਹੀ ਇਹ ਗੱਲ ਵੇਖੀ ਆ ਕਿ ਜਿਹੜੇ ਬਦਮਾਸ਼ ਲਾਈਨ ਦੇ ਵਿੱਚ ਬੰਦੇ ਗਏ ਹੁੰਦੇ ਆ ਹੂੰ ਹੂੰ ਤਾਂ ਉਹਨਾਂ ਚੋਂ ਚੰਗੇ ਪਲੇਅਰ ਜੀ ਚੰਗੇ ਸਟੂਡੈਂਟ ਜੀ ਜੀ ਇੰਜੀਨੀਅਰਿੰਗ ਤੱਕ ਦੇ ਹੋਰ ਵੀ ਕਾਫੀ ਜਿਹੜੇ ਫੀਲਡਾਂ ਦੇ ਜੀ 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 ਚੰਗੇ ਸਟੂਡੈਂਟ ਚੰਗੇ ਪਲੇਅਰ ਗਏ ਹੁੰਦੇ ਆ ਹੂੰ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨੂੰ ਮੋੜ ਤੋਂ ਸਿੱਖਿਆ ਮਾੜੀ ਮਰੀ ਜੀ ਗੱਲ ਉੱਥੇ ਹੀ ਆ ਰੁਕਦੀ ਆ ਕਿ ਉਹਦੇ ਸੁਪਨੇ ਸੀ ਜਿੰਨਾ ਜਿਸ એનਰਜੀ ਦੇ ਨਾਲ ਉਹ ਜਿਉਂ ਰਿਹਾ ਸੀਗਾ ਉਹ ਸੁਪਨੇ ਟੁੱਟ ਗਏ ਉਹਦਾ ਕਾਰਨ ਕੀ ਬਣਿਆ ਬੁਰੀ ਸੰਗਤ ਬਣੀ ਸ਼ਰੀਕੇबाजी ਬਣੀ ਜਾਂ ਕੀ ਬਣਿਆ ਪਰ ਜਦੋਂ ਟੁੱਟਦੇ ਆ ਉਸ ਤੋਂ ਬਾਅਦ ਉਹੀ ਬੰਦਾ ਜਿਹੜਾ ਜ਼ਿੰਦਗੀ ਚ ਬਹੁਤ ਚੰਗਾ ਰਿਹਾ ਹੁੰਦਾ ਕਦੇ ਜੇ ਉਹਦਾ ਕਰਤਾਰ ਬੁਰਾ ਹੁੰਦਾ ਤਾਂ ਉਹੀ ਸਭ ਤੋਂ ਬੁਰਾ ਬਣਦਾ ਕਿਉਂਕਿ ਉਹ ਉਹਨੂੰ ਚੰਗਿਆਈ ਦੇ ਨਾਲ ਨਫ਼ਰਤ ਹੋ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਜਿਹਨ ਦਾ ਇਹ ਜਿਹੜਾ ਸਿਸਟਮ ਆ ਨਾ ਪੂਰਾ ਜੇ ਆਪਾਂ ਕਹਿ ਦਈਏ ਕਿ ਕੱਲੇ ਕਾਲਜਾਂ ਨੂੰ ਬਦਲਣ ਦੇ ਨਾਲ ਇਹ ਹੋ ਜਾਊਗਾ ਨਹੀਂ بڑے ਚੰਗੇ ਬੰਦੇ ਕਾਲਜਾਂ ਨੇ ਪੈਦਾ ਕੀਤੇ بڑے ਪਲੇਅਰ ਚੰਗੇ ਕਾਲਜਾਂ ਨੇ ਪੈਦਾ ਕੀਤੇ ਅੱਗੇ ਜਾ ਕੇ ਉਹਨਾਂ ਨੂੰ ਬਦਮਾਸ਼ ਬਣਨਾ ਪੈ ਗਿਆ ਤਾਂ ਕਿਤੇ ਨਾ ਕਿਤੇ ਸਿਸਟਮ ਉੱਪਰੋਂ ਲੈ ਕੇ ਬਦਲਣ ਦੀ ਲੋੜ ਆ ਤੇ ਨੰਬਰ 2 ਤੇ ਕਿਤੇ ਨਾ ਕਿਤੇ ਇੱਥੇ ਬੇਰੁਜ਼ਗਾਰੀ ਵੀ ਬਹੁਤ ਵੱਡਾ ਜਿਹੜਾ ਫੈਕਟਰ ਕਾਰਨ ਜਿਹਦੇ ਕਰਕੇ ਨੌਜਵਾਨ ਇਹ ਉਸ ਪਾਸੇ ਵੱਲ ਚਲੇ ਜਾਂਦੇ ਆ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਕਹਿ ਦਿੰਦੇ ਆ ਜੇ ਬੱਚਾ ਵਿਗੜਦਾ ਤੇ ਅਗਲਾ ਕਹਿੰਦਾ ਕਿ ਹੋਰ ਨਹੀਂ ਸੂਤ ਆਉਂਦਾ ਨਾ ਕੰਮ ਜੀ ਜੀ ਤੇ ਓਂ ਕਰੋ ਇਹਨੂੰ ਦਬਾਈ ਦਬੂਈ ਤੋੜ ਦਿਓ ਉੱਥੇ ਹੱਥ ਪਣਾਊਗਾ ਤੇ ਘਟੋ ਘਟ ਬੁਰੀ ਸੰਗਤ ਤੋਂ ਵੱਜੂਗਾ ਆਪਣਾ ਕੰਮ ਕਰੂਗਾ ਬਦਮਾਸ਼ੀ ਨਹੀਂ ਕਰੂਗਾ ਤੇ ਹੋ ਵੀ ਐ ਜਾਂਦਾ ਇਹ ਅਕਸਰ ਹੀ ਦੇਖਿਆ ਨਸ਼ਾ ਕਰਨ ਵਾਲੇ ਨੂੰ ਵੀ ਤੇ ਹੋਰ ਵੀ ਆ ਪਰ ਸੁਖਜਿੰਦਰ ਮੇਰਾ ਖਿਆਲ ਨੌਜਵਾਨਾਂ ਨੂੰ ਮਨੋਵਿਗਿਆਨਕ ਤੌਰ ਤੇ ਤਿਆਰ ਕਰਨ ਦੀ ਲੋੜ ਹੈ ਜਿਹੜੇ ਇਸ ਪਾਸੇ ਵੱਲ ਚਲੋ ਕਿਸੇ ਕਾਰਨ ਕਰਕੇ ਪੈ ਗਏ ਚਲੇ ਗਏ ਉਹਨਾਂ ਨੂੰ ਜੇ ਮਨੋਵਿਗਿਆਨਕ ਤੌਰ ਤੇ ਤਿਆਰ ਕਰਕੇ ਨੈਤਿਕ ਪੱਧਰ ਉਹਨਾਂ ਨੂੰ ਦੱਸ ਕੇ ਉਹਨਾਂ ਦਾ ਇਧਰ ਮੋੜਿਆ ਜਾਵੇ ਕਿਉਂਕਿ ਜੇ ਸਾਡੇ ਸਾਹਮਣੇ ਮਿੰਟੂ ਗੁਰੂ ਸਰ ਵਰਗੇ ਨੌਜਵਾਨ ਜਿਹੜੀਆਂ ਜਿਉਂਦੀਆਂ ਜਾਗਦੀਆਂ ਮਸਾਲਾ ਬੈਠੀਆਂ ਨੇ ਜਿਹੜੇ ਪੂਰੇ ਸਿਖਰਲੇ ਲੈਵਲ ਤੋਂ ਮੁੜੇ ਨੇ ਜੇ ਉਹ ਨੌਜਵਾਨ ਮੋੜ ਸਕਦੇ ਨੇ ਤਾਂ ਕੀ ਅਸੀਂ ਆਪਣੇ ਨੌਜਵਾਨ ਜਿਹੜੇ ਹੁਣ ਇਸ ਦਲਦਲ ਦੇ ਵਿੱਚ ਫਸੇ ਹੋਏ ਕਿ ਦਿੱਤਾ ਸੀ ਹਲੂਣਾ ਦੇ ਹੀ ਸਕਦੇ ਜੇ ਹੁਣ ਉਹਨਾਂ ਨੂੰ ਵੇਖ ਕੇ ਤਾਂ ਇੱਕ ਉਮੀਦ ਬਣਦੀ ਆ ਬਾਈ ਮੈਂਟੂ ਨੂੰ ਵੇਖ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੀ ਕਿਤਾਬ ਆ ਡਾਕੂਆਂ ਦਾ ਮੁੰਡਾ ਉਹ ਪੜ੍ਹ ਕੇ ਇੱਕ ਉਮੀਦ ਬਣਦੀ ਆ ਕਿ ਜੇ ਕੋਈ ਬੰਦਾ ਉਸ ਤਲਦਲ ਚ ਇੰਨੀ ਗਹਿਰਾਈ ਤੱਕ ਜਾ ਸਕਦਾ ਤਾਂ ਉਹ ਬੰਦਾ ਸੋਚ ਦੇ ਪੱਦਰ ਨੂੰ ਇੰਨਾ ਉੱਚਾ ਵੀ ਚੱਕ ਸਕਦਾ ਕਿੰਨਾ ਫਰਕ ਆ ਕਿ ਕਿਸੇ ਬੰਦੇ ਨੇ ਗਹਿਰਾਈ ਤੋਂ ਆਪ ਲੈਵਲ ਦੇ ਵਿੱਚ ਆਉਣਾ ਉਸ ਲੈਵਲ ਤੋਂ ਉੱਠ ਕੇ ਇੰਨਾ ਉੱਚਾ ਜਾਣਾ ਤੇ ਉਸ ਤੋਂ ਅਲੱਗ ਜੇ ਆਪਾਂ ਗੱਲ ਕਰੀਏ ਲੱਖਾ ਸਧਾਨਾਂ ਦੀ ਤਾਂ ਉਹਨੇ ਆਪਣਾ ਜਿਹੜਾ ਲੜਨਾ ਨਹੀਂ ਛੱਡਿਆ ਲੜਨਾ ਇੱਕ ਰਿਪੋਰਟਰ ਵੀ ਲੜਦਾ ਇੱਕ ਪਲੇਅਰ ਵੀ ਲੜਦਾ ਹਰ ਬੰਦਾ ਇੱਕ ਲੀਡਰ ਵੀ ਲੜਦਾ ਤਰੀਕਾ ਬਦਲ ਲਿਆ ਜੀ ਉਹਨੇ ਵੀ ਆਪਣਾ ਲੜਨਾ ਨਹੀਂ ਛੱਡਿਆ ਜੇ ਉਹਦਾ ਲੜਾਈ ਉਹਦਾ ਪਿਛਲਾ ਪਛੋਕਰ ਸੀ ਤਾਂ ਉਹਨੇ ਵਰਤਮਾਨ ਵੀ ਲੜਾਈ ਰੱਖੀ ਪਰ ਹੁਣ ਉਹ ਪੰਜਾਬੀ ਮਾਂ ਬੋਲੀ ਲਈ ਲੜ ਰਿਹਾ ਹੁਣ ਉਹ ਮਾੜੇ ਜਿਹੜੇ ਮਾੜੇ ਲੀਡਰਾਂ ਦੇ ਖਿਲਾਫ ਲੜ ਰਿਹਾ ਤਾਂ ਉਹਨੇ ਉਸ ਲੜਾਈ ਦਾ ਜਿਹੜਾ ਰੁੱਖਾ ਉਹ ਬਦਲ ਕੇ ਕਿੰਨੇ ਪਾਸੇ ਚੰਗੇ ਪਾਸੇ ਲਾ ਲਿਆ ਤਾਂ ਮੈਨੂੰ ਲੱਗਦਾ ਕਿ ਉਹੋ ਜੇ ਨੌਜਵਾਨਾਂ ਤੋਂ ਅੱਜ ਦੇ ਜਿਹੜੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਤੇ ਖਾਸ ਤੌਰ ਤੇ ਉਹਨਾਂ ਨੂੰ ਜਿਹੜੇ ਇਸ ਬੁਰੀ ਜਗਾ ਤੇ ਫਸ ਚੁੱਕੇ ਆ ਉਹਨਾਂ ਨੂੰ ਅ ਬੜੇ ਨੌਜਵਾਨ ਨੇ ਜਿਹੜੇ ਇਸ ਦਲਦਲ ਦੇ ਵਿੱਚ ਮਜਬੂਰਨ ਬਸ ਫਸੇ ਹੋਏ ਤੇ ਪਿੱਛੇ ਵੀ ਆਉਣਾ ਚਾਹੁੰਦੇ ਨੇ ਕੁਝ ਪੁਲਿਸ ਮੁਲਾਜ਼ਮ ਕੁਝ ਅਫਸਰ ਵੀ ਜਿਨ੍ਹਾਂ ਦੀਆਂ ਧਾਰਨਾ ਅਕਸਰ ਸਾਹਮਣੇ ਆ ਜਾਂਦੀਆਂ ਨੇ ਜਿਹੜੇ ਅਜਿਹੇ ਦਲਦਲ ਚੋਂ ਕੱਢਣ ਲਈ ਤਿਆਰ ਨੇ ਆਪਾਂ ਇੱਥੇ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਲਈਏ ਕਿਉਂਕਿ ਬਹੁਤ ਜਿਹੜੇ ਇਨਸਾਨ ਨੇ ਸਾਡੇ ਲਈ ਉਹ ਮਾਰਗਦਰਸ਼ਕ ਬਣ ਜਾਂਦੇ ਨੇ ਕਈ ਵਾਰੀ ਜਿਸ ਤਰ੍ਹਾਂ ਆਪਾਂ ਮਜੀਬਨੀਆਂ ਦੇ ਵਿੱਚ ਸਹਿਤਕਾਰਾਂ ਲੇਖਾਂ ਤੋਂ ਪੜ੍ਹਦੇ ਹਾਂ ਕਿ ਉਹਨਾਂ ਨੇ ਫਲਾਣੇ ਦੀ ਜੀਵਨੀ ਪੜੀ ਉਤਸ਼ਾਹਤ ਹੋ ਕੇ ਉਹ ਉਸ ਕੰਮ ਤੋਂ ਪਿੱਛੇ ਆ ਵੀ ਜੀ ਜਿਹੇ بڑے ਕਾਰਨ ਬਣ ਜਾਂਦੇ ਨੇ ਜਿਹਦੇ ਨਾਲ ਉਹਨਾਂ ਨੌਜਵਾਨਾਂ ਆਪਾ ਮੋੜ ਸਕਦੇ ਆ ਲੋੜ ਤਾਂ ਬਸ ਇੱਕ ਸ਼ੀਸ਼ਾ ਦਿਖਾਉਣ ਦੀ ਆ ਜੀ ਮੈਂ ਇੱਥੇ ਉਦਾਹਰਨ ਦੇਣੀ ਚਾਹੂੰਗਾ ਏਐਸਆਈ ਜਸਕਰਨ ਸਿੰਘ ਹੋਣਾ ਨੇ ਜਲਾਲ ਦੇ ਵਿੱਚ ਜੀ ਇੱਕ ਨਸ਼ਾ ਨਸ਼ਿਆਂ ਦੇ ਖਿਲਾਫ ਸੈਮੀਨਾਰਕਨ ਆਇਆ ਕਰਾਇਆ ਜੀ ਜੀ ਤਾਂ ਮੈਨੂੰ ਜਦੋਂ ਲੱਗਿਆ ਕਿ ਇੱਕ ਪੁਲਿਸ ਅਫਸਰ ਨਸ਼ਿਆਂ ਦੇ ਖਿਲਾਫ ਕਰ ਰਿਹਾ ਤਾਂ ਮੇਰੇ ਦਿਮਾਗ 'ਚ ਕਿਤੇ ਨਾ ਕਿਤੇ ਛੋਟਾ ਜਿਹਾ ਇੱਕ ਡਾਊਟ ਆਇਆ ਕਿ ਸ਼ਾਇਦ ਇਹ ਤਰੱਕੀ ਲਈ ਆ ਜੀ ਜੀ ਤਾਂ ਮੈਂ ਪਹਿਲਾ ਸਵਾਲ ਵੀ ਉਹਨਾਂ ਨੂੰ ਇਹੀ ਕੀਤਾ ਹੂੰ ਹੂੰ ਕਿ ਮੈਨੂੰ ਲੱਗਦਾ ਕੰਮ ਤੁਹਾਡਾ ਚੰਗਾ ਜੀ ਪਰ ਮੈਨੂੰ ਲੱਗਦਾ ਕਿ ਤੁਸੀਂ ਖੋਦੀ ਤਰੱਕੀ ਲਈ ਮੈਨੂੰ ਲੱਗਿਆ ਸੀ ਕਿ ਕੀਤਾ ਹੋਊਗਾ ਤਾਂ ਉਹਨਾਂ ਨੇ ਮੈਨੂੰ ਬੜਾ ਵਧੀਆ ਜਵਾਬ ਦਿੱਤਾ ਉਹ ਕਹਿੰਦੇ ਕਿ ਜਦੋਂ ਸਮਾਜ ਗਰਕਦਾ ਹੋਵੇ ਜੀ ਤਾਂ ਉਹਨੂੰ ਗਰਕਾਉਣ ਵਾਲਾ ਵੀ ਓਡਾ ਹੀ ਦੋਸ਼ੀ ਹੁੰਦਾ ਜੀ ਉਹਨੂੰ ਗਰਕਦੇ ਨੂੰ ਦੇਖਣ ਵਾਲਾ ਵੀ ਓਡਾ ਹੀ ਦੋਸ਼ੀ ਹੁੰਦਾ ਤੇ ਉਸ ਗਰਕਦੇ ਸਮਾਜ 'ਚ ਤਰੱਕੀ ਕਰਨ ਵਾਲਾ ਵੀ ਓਡਾ ਹੀ ਦੋਸ਼ੀ ਹੁੰਦਾ ਜੀ 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 ਕੋਈ ਸ਼ੱਕ ਨਹੀਂ ਬੰਦਾ ਉਹ ਚੰਗਾ ਹੁੰਦਾ ਹੂੰ ਹੂੰ ਜਿਹੜਾ ਉਸ ਸਮਾਜ ਨੂੰ ਗਰਕਣ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੇ ਜੀ 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 ਤਾਂ ਮੇਰੀ ਇੱਕ ਕੋਸ਼ਿਸ਼ ਆ ਇਸ ਕਰਕੇ ਉਹੋ ਜੇ ਵੀ ਲੋਕ ਹੈਗੇ ਆ ਜਿਹੜੇ ਸਮਾਜ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਜੀ ਤੇ ਇੱਥੇ ਮੈਂ ਐਸਐਸਪੀ ਸਾਹਿਬ ਦੀ ਉਦਾਹਰਣ ਦਿੰਨਾ ਜਿਨ੍ਹਾਂ ਦੀ ਕਾਫੀ ਫੋਟੋ ਇੱਕ ਵਾਇਰਲ ਹੋਈ ਸੀ ਕਿ ਜਦੋਂ ਉਹ ਕੁੜੀਆਂ ਨੇ ਉਹਨਾਂ ਦੇ ਖਿਲਾਫ ਦੂਜੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ ਅਕਾਲੀ ਸਰਕਾਰ ਦੇ ਖਿਲਾਫ ਤਾਂ ਉਹ ਪੁਲਿਸ ਦੀ लाठी चार्ज ਤੋਂ ਬਚਣ ਲਈ ਨਹਿਰ ਚ ਸ਼ਾਲਾ ਮਾਰਤੀਆਂ ਜੀ ਜੀ ਉਸ ਬੰਦੇ ਨੇ ਆਪਣੇ ਜਿਹੜੇ ਜੇਬ ਚ ਟੈਲੀਫੋਨ ਸੀ ਜਾਂ ਵਰਦੀ ਸੀ ਜਾਂ ਆਪਣੀ jaan ਦੀ ਕਿਸੇ ਚੀਜ਼ ਦੀ ਵੀ ਪਰਵਾਹ ਨਹੀਂ ਕੀਤੀ ਜੇ ਤੈਰਨਾ ਆਉਂਦਾ ਸੀ ਉਹਨੂੰ ਲੱਗਦਾ ਸੀ ਮੈਂ jaan ਤਾਂ ਬਚਾ ਲੂੰਗਾ ਪਰ ਉਹਨੇ ਆਪਣੇ ਕਿਸੇ ਵੀ ਨੁਕਸਾਨ ਦੀ ਨਾ ਪਰਵਾਹ ਕਰਦੇ ਹੋਏ ਉਹ ਬੱਚਿਆਂ ਨੂੰ ਉਹ ਨਹਿਰ ਦੇ ਵਿੱਚੋਂ ਬਾਹਰ ਕੱਢ ਕੇ ਲਿਆ ਉਹਨੇ ਇਨਸਾਨੀ ਫਰਜ਼ ਸਮਝਿਆ ਤਾਂ ਇਹੋ ਜਿਹੇ ਲੋਕ ਵੀ ਹੈਗੇ ਆ ਜਿਹੜੇ ਸਮਾਜ ਨੂੰ ਬਚਾਉਣ ਲਈ ਫਿਕਰਮੰਦ ਆ ਤੇ ਲੋੜ ਆ ਉਹੋ ਜੇ ਲੋਕਾਂ ਨੂੰ ਸਾਹਮਣੇ ਲੈ ਕੇ ਉਹਨਾਂ ਨੂੰ ਸ਼ੀਸ਼ਾ ਪੇਸ਼ ਕਰਨ ਦੀ ਕਿਉਂਕਿ ਜਦੋਂ ਅਸੀਂ ਚੰਗੇ ਨੂੰ ਚੰਗਾ ਨਹੀਂ ਕਹਿੰਦੇ ਤਾਂ ਅਸੀਂ ਬੁਰੇ ਨੂੰ ਬੁਰਾ ਕਹਿਣ ਦਾ ਜਿਹੜਾ ਅਧਿਕਾਰ ਆ ਖਤਮ ਕਰ ਦਿੰਨੇ ਆ ਤਾਂ ਮੈਨੂੰ ਲੱਗਦਾ ਚੰਗਿਆਂ ਨੂੰ ਚੰਗੇ ਕਹਿਣਾ ਚਾਹੀਦਾ ਸੁਖਜਿੰਦਰ ਕੀ ਕਰਨਾ ਚਾਹੀਦਾ ਸਮਾਜ ਨੂੰ ਜਾਂ ਸਮਾਜ ਦੇ ਵਿੱਚ ਬੈਠੇ ਸਾਡੇ ਮੋਤਵਾਰ ਆਗੂਆਂ ਨੂੰ ਜਾਂ ਉਹ ਨੌਜਵਾਨ ਜਿਹੜੇ ਨੌਜਵਾਨ ਆਪਣੇ ਨਾਲ ਦੇ ਸਾਥੀਆਂ ਦੀ ਜਿਹੜੀ ਗਵਾਹੀ ਕਰ ਰਹੇ ਨੇ ਉਹਨਾਂ ਨੂੰ ਜਾਂ ਜਿਹੇ ਨੌਜਵਾਨ ਜਿਹੜੇ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਸਮਾਜ ਦੇ ਵਿੱਚੋਂ ਅਜਿਹੇ ਘੌਣ ਨੂੰ ਜਿਹੜਾ ਖਤਮ ਕੀਤਾ ਜਾ ਸਕੇ ਮਾਵਾ ਦੇ ਪੁੱਤ ਮਰਨ ਨੂੰ ਬਚਾਏ ਜਾ ਸਕਣ ਭਰਾਵਾਂ ਮਾਰੇ ਉਜੰਗ ਚੋਂ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਖੈਰ ਜੋ ਚਲੇ ਗਏ ਉਹਨਾਂ ਦੇ ਲਈ ਸਾਡਾ ਦੁੱਖ ਹੈ ਪਰ ਜਿਹੜੇ ਫਸੇ ਹੋਏ ਨੇ ਉਹਨਾਂ ਨੂੰ ਬਚਾਉਣਾ ਸਾਡਾ ਫਰਜ਼ ਹੈ ਕਿਉਂਕਿ ਸਮਾਜ ਦੇ ਵਿੱਚ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਸਾਰੇ ਮਿਲ ਕੇ ਹੰਬਲਾ ਮਾਰਨਗੇ ਜਵਾਨੀ ਵਿਚਾਲੀ ਤਾਂ ਦੇਸ਼ ਬਚ ਗਿਆ ਉਹਨਾਂ ਨੌਜਵਾਨਾਂ ਨੂੰ ਬਚਾਉਣ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਮੇਰਾ ਇੱਕ ਨਿੱਜੀ ਵਿਚਾਰ ਆ ਕਿ ਜਦੋਂ ਕੋਈ ਵੀ ਨੌਜਵਾਨ ਨਸ਼ਾ ਜਾਂ ਬਦਮਾਸ਼ੀ 'ਚ ਕਦੋਂ ਜਾਂਦਾ ਜਦੋਂ ਉਹਦੇ ਜਿਉਣ ਦਾ ਮਕਸਦ ਆ ਜਿਹੜਾ ਉਹਨੂੰ ਲੱਗਦਾ ਉਹ ਖਤਮ ਹੋ ਗਿਆ ਉਹਨੂੰ ਲੱਗਦਾ ਕਿ ਖਤਮ ਹੋ ਗਿਆ ਜੀ ਜੀ ਖਤਮ ਕਦੋਂ ਕਿਵੇਂ ਹੁੰਦਾ ਜਦੋਂ ਅਸੀਂ ਮਕਸਦ ਬੜਾ ਛੋਟਾ ਬਣਾ ਲੈਨੇ ਆ ਮਕਸਦ ਕੀ ਕਿ ਅੱਜ ਸਾਡੇ ਸਕੂਲਾਂ ਕਾਲਜਾਂ ਚ ਜਿਹੜੀ ਚੀਜ਼ ਜਿਹੜੀ ਚੀਜ਼ ਸਾਡੇ ਇੱਥੇ ਬੁਰੀ ਆ ਜੀ ਜੀ ਜਿਹੜੀ ਤੁਸੀਂ ਅੱਗੇ ਗੱਲ ਕੀਤੀ ਸੀ ਕਿ ਕੀ ਬਦਲਣ ਦੀ ਲੋੜ ਆ ਉਹ ਇਹ ਬਦਲਣ ਦੀ ਲੋੜ ਆ ਕਿ ਹਮੇਸ਼ਾ ਇਹ ਸਿਖਾਇਆ ਜਾਂਦਾ ਤੂੰ ਪੁਲਿਸ ਆਫਸਰ ਬਣਨਾ ਤੂੰ ਬਾਹਰ ਜਾਣਾ ਤੂੰ ਫਲਾਨਾ ਇੱਕ ਪਹਿਲਾਂ ਤੋਂ ਹੀ ਲੈਵਲ ਆ ਦਿੱਤਾ ਜੀ ਲੈਵਲ ਲਾ ਦਿੱਤਾ ਜਾਂਦਾ ਬੰਦੇ ਤੇ ਜਦੋਂ ਉਹ ਪੂਰਾ ਨਹੀਂ ਹੁੰਦਾ ਲੱਗਦਾ ਤਾਂ ਉਹਨੂੰ ਲੱਗਦਾ ਕਿ ਨਹੀਂ ਮੈਂ ਹੁਣ ਕੁਝ ਨਹੀਂ ਬਣ ਸਕਦਾ ਜੇ ਉਸ ਇਨਸਾਨ ਤੇ ਲੈਵਲ ਇਹ ਲਾਇਆ ਜਾਵੇ ਕਿ ਤੂੰ ਇੱਕ ਚੰਗਾ ਸਮਾਜਿਕ ਇਨਸਾਨ ਬਣਨਾ ਜੀ ਜੀ ਉਹਦੇ ਲਈ ਰਾਹ ਤੂੰ ਜਿਹੜਾ ਮਰਜ਼ੀ ਚੁਣ ਤੂੰ ਇੱਕ ਇਨਸਾਨ ਚੰਗਾ ਬਣਨਾ ਜੇ ਉਹਨੂੰ ਚੰਗਾ ਇਨਸਾਨ ਬਣਨ ਦਾ ਪਾਠ ਪੜਾਇਆ ਜਾਵੇ ਤੇ ਇੱਕ ਮਕਸਦ ਨੌਜਵਾਨ ਨੂੰ ਚੰਗਾ ਇਨਸਾਨ ਬਣਨ ਦਿੱਤਾ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਜ਼ਿੰਦਗੀ ਭਰ ਕੇ ਤੇ ਭਟਕੂ ਜੀ ਸੋ ਸੁਖਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਤੇ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਵਿਚਾਰਨ ਵਾਲੀ ਗੱਲ ਜਿਸ ਦੇ ਤਹਿਤ ਅਸੀਂ ਪੰਜਾਬ ਦੀ ਕਰਾਹੇ ਪੈ ਰਹੀ ਜਵਾਨੀ ਦੀ ਗੱਲ ਕੀਤੀ ਸੋ ਸਾਡੀ ਵੀ ਨੌਜਵਾਨਾਂ ਨੂੰ ਖਾਸ ਕਰਕੇ ਇਹ ਹੀ ਬੇਨਤੀ ਹੈ ਕਿ ਆਪਾਂ ਸਹੀ ਰਾਹ ਅਪਣਾਈਏ ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਵਾਰ ਖਾਸ ਕਰਕੇ ਚੜ੍ਹਦੀ ਜਵਾਨੀ ਜਿਹਨੂੰ ਟੀਨ ਏਜ ਦੇ ਵਿੱਚ ਆਪਾਂ ਕਹਿੰਦੇ ਆ ਕਿ ਜਵਾਨੀ ਜਿਹੜੀ ਕਰਾਹੇ ਪੈ ਜਾਂਦੀ ਹੈ ਉਹ ਸਮੇਂ ਮਾਪਿਆਂ ਨੂੰ ਵੀ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਤੇ ਉਹਨਾਂ ਦੀ ਸੰਗਤ ਨੂੰ ਵੀ ਪਹਿਚਾਣਨ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਕਿਤੇ ਗਲਤ ਪਾਸੇ ਨਾ ਲਿਆ ਜਾਣਾ ਇਸ ਲਈ ਦੋਸਤੋ ਆਪਾਂ ਇਹਨਾਂ ਗੱਲਾਂ ਤੋਂ ਉੱਪਰ ਉੱਠੀਏ ਸਾਡੀ ਨੌਜਵਾਨਾਂ ਨੂੰ ਖਾਸ ਕਰਕੇ ਇਹ ਹੀ ਪੀਲ ਹੈ ਕਿ ਆਪਣੇ ਸਮਾਜ ਨੂੰ ਨਵਾਂ ਦਰਵਾਜ਼ਾ ਬਣਾਈਏ ਤੇ ਅੱਗੇ ਵਧੀਏ ਤੇ ਭਰਾਵਾਂ ਮਾਰੂ ਜੰਗ ਦੇ ਵਿੱਚ ਨਾ ਪਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ